Jaspal Bhatti. ਦੋਸਤੋ ਹੁਣੇ ਪੰਜਾਬੀਆਂ ਦੇ ਖਾਣ ਪੀਣ ਦੀ ਗੱਲ ਚੱਲ ਰਹੀ ਸੀ ਸਭ ਨਾਲ ਪਹਿਲਾਂ ਮੈਨੂੰ ਇੱਕ ਗੱਲ ਯਾਦ ਆ ਗਈ ਉਦੋਂ ਅਤੇ ਮੈਂ ਕਿਹਾ ਬਾਕੀ ਕਾਰਵਾਈ ਬਾਅਦ 'ਚ ਪਾਵਾਂਗੇ ਪਹਿਲਾਂ ਖਾਣ ਪੀਣ ਦੀ ਗੱਲ ਕਰ ਲਈ ਹੈ ਇੱਕ ਹੱਟੇ ਕੱਟੇ ਪੰਜਾਬੀ ਆਪਣੇ ਸਰਦਾਰ ਸਾਹਿਬ ਉਹ ਦਿੱਲੀਓਂ ਆ ਰਹੇ ਸੀ ਰਸਤੇ 'ਚ ਢਾਬਾ ਆਇਆ ਆਪਣਾ ਮੁੜਥਲ ਦੇ ਵਿੱਚ ਸੁਖਦੇਵ ਢਾਬਾ ਉੱਥੇ ਮਾਂਝਾ ਪਿਆ ਸੀ ਉੱਥੇ ਆ ਕੇ ਬਹਿ ਗਏ ਵੇਟਰ ਆਇਆ ਵੇਟਰ ਕਹਿੰਦਾ ਜੀ ਹਾਂਜੀ ਸੁਨਾਬ ਕੀ ਖਾਓਗੇ ਕਹਿੰਦਾ ਕਾਕਾ ਇੱਦਾਂ ਕਰ ਚਾਰ ਚਿੱਲੀ ਚਿਕਨ ਚਾਰ ਬਟਰ ਚਿਕਨ ਚਾਰ ਤੰਦੂਰੀ ਚਿਕਨ 12 ਦਾਲ ਫਰਾਈ 12 ਚਿਕਨ ਫਰਾਈ 16 ਰੋਟੀ 32 ਪਰੌਂਠੇ 16 ਨਾਨ 10 ਰਾਇਤੇ 10 ਲਾ 100 ਪਾਪੜ ਲਿਆ ਉਹ ਕਹਿੰਦਾ ਜੀ ਬਾਕੀ ਬੰਦੇ ਕਹਿੰਦਾ ਬਾਕੀ ਕੀ ਮਤਲਬ ਮੈਂ ਇਕੱਲਾ ਹੀ ਬਹੁਤਾ ਭੁੱਖ ਬੜੀ ਲੱਗੀ ਹੈ ਉਹਨੇ ਸੋਚਿਆ ਚੱਲ ਠੀਕ ਹੈ ਮੇਰਾ ਕੀ ਜਾਂਦਾ ਉਹ ਜੀ ਸਾਰਾ ਸਮਾਨ ਲਿਆ ਕੇ ਉਹਨੇ ਰੱਖਤਾ ਉਹ ਸਰਦਾਰ ਸਾਹਿਬ ਨੇ 5 ਮਿੰਟਾਂ 'ਚ ਪੂਰਾ ਦਾ ਪੂਰਾ ਚਟਮ ਕਰਤਾ ਉਹਨਾਂ ਨੇ ਹੱਡੀਆਂ ਸਾਈਡ 'ਤੇ ਕੀਤੀਆਂ ਮੂੰਹ ਪੂੰਝਿਆ ਬੈਠ ਗਏ ਨਾਲ ਦੇ ਟੇਬਲ 'ਤੇ ਇੱਕ ਨਾ ਸਰਕਸ ਦਾ ਮੈਨੇਜਰ ਬੈਠਾ ਹੋਇਆ ਸੀਗਾ ਉਹ ਉੱਠ ਕੇ ਆ ਗਿਆ ਕਹਿੰਦਾ ਜਨਾਬ ਮੈਂ ਨਾਲ ਦੇ ਇੱਥੇ ਸੋਨੀਪਤ ਦੇ ਵਿੱਚ ਸਰਕਸ ਲੱਗੀ ਹੈ ਅਤੇ ਮੈਂ ਉਹਦਾ ਮੈਨੇਜਰ ਹਾਂ ਉਹ ਕਹਿੰਦਾ ਯਾਰ ਮੈਨੂੰ ਤਾਂ ਸਰਕਸ ਦੇਖਣ ਦਾ ਸ਼ੌਕ ਨਹੀਂ ਹੈ ਕਹਿੰਦਾ ਦੇਖਣੀ ਨਹੀਂ ਹੈ ਜੀ ਉਹ 'ਚ ਕੰਮ ਕਰਨਾ ਉਹ ਕਹਿੰਦਾ ਬਈ ਮੈਂ ਕੀ ਕੰਮ ਕਰਾਂਗਾ ਕਹਿੰਦਾ ਜੋ ਇੱਥੇ ਕੀਤਾ ਉੱਥੇ ਕਰ ਦੇਣਾ ਉਹ ਕਹਿੰਦਾ ਨਹੀਂ ਨਹੀਂ ਯਾਰ ਤੂੰ ਯਾਰ ਜਾਣਦੇ ਮੈਂ ਅੱਗੇ ਜਾਣਾ ਚੰਡੀਗੜ੍ਹ ਪਹੁੰਚਣਾ ਕਹਿੰਦਾ ਜੀ ਗੱਲ ਇੱਦਾਂ ਰਿਕੁਐਸਟ ਵਾਲੀ ਗੱਲ ਆ ਕਹਿੰਦਾ ਜੀ ਸਾਡੀ ਸਰਕਸ ਬੜੀ ਬੁਰੀ ਤਰ੍ਹਾਂ ਪਿੱਟ ਰਹੀ ਹੈ ਅਤੇ ਜੇ ਤੁਸੀਂ ਕਿਤੇ ਇੱਕ ਮਾੜਾ ਜਿਹਾ ਸ਼ੋਅ ਕਰ ਦਿਓ ਨਾ ਅਤੇ ਬੜਾ ਹੀ ਤੁਹਾਡਾ ਬੜਾ ਧੰਨਵਾਦ ਹੋਏਗਾ ਮੇਰੇ ਬੱਚੇ ਤੁਹਾਨੂੰ ਦੁਆ ਦੇਣਗੇ ਹਾਥੀ ਘੋੜੇ ਵਿਚਾਰੇ ਕਈ ਦਿਨ ਦੇ ਭੁੱਖੇ ਹੈਗੇ ਆ ਉਹ ਸਾਡਾ ਸ਼ੋਅ ਹਿੱਟ ਹੋ ਜਾਏਗਾ ਜੀ ਬੜੀ ਮਤਲਬ ਤੁਹਾਡੀ ਸੇਵਾ ਵਾਲੀ ਗੱਲ ਆ ਉਹਨੂੰ ਤਰਸ ਆ ਗਿਆ ਬੜੇ ਦਿਲਦਾਰ ਆਦਮੀ ਸੀਗੇ ਉਹ ਕਹਿੰਦੇ ਚੱਲ ਵੀ ਸੋਨੀਪਤ ਪਹੁੰਚ ਗਿਆ ਜਿੱਥੇ ਸਰਕਸ ਲੱਗੀ ਸੀ ਪਹਿਲਾਂ ਸ਼ੋਅ ਸੀ 12-3 ਦਾ ਉੱਥੇ ਅਨਾਊਂਸਮੈਂਟ ਹੋਈ ਸਮਾਨ ਆ ਗਿਆ ਚਾਰ ਚਿੱਲੀ ਚਿਕਨ ਪਾਰ ਚਾਰ ਬਟਰ ਚਿਕਨ ਚਾਰ ਤੰਦੂਰੀ ਚਿਕਨ 12 ਦਾਲ ਫਰਾਈ 12 ਚਿਕਨ ਫਰਾਈ 16 ਰੋਟੀ 32 ਪਰੌਂਠੇ 16 ਨਾਨ 10 ਰਾਇਤੇ 10 ਲਾਤ 100 ਪਾਪੜ ਲਿਆ ਕੇ ਰੱਖੇ ਇਹਨਾਂ ਨੇ 5 ਮਿੰਟ 'ਚ ਖਾ ਕੇ ਹੱਡੀਆਂ ਸਾਈਡ 'ਤੇ ਕਰਦੀਆਂ ਮੂੰਹ ਪੂੰਝਿਆ ਲੋਕਾਂ ਨੇ ਬੜੀਆਂ ਤਾੜੀਆਂ ਮਾਰੀਆਂ ਬੜੀਆਂ ਸੀਟੀਆਂ ਮਾਰੀ ਪਹਿਲਾਂ ਹੀ ਸ਼ੋਅ ਬੜਾ ਸੁਪਰ ਹਿੱਟ ਹੋ ਗਿਆ ਮੈਨੇਜਰ ਆ ਕੇ ਇੱਕਦਮ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਜਨਾਬ ਬੜੀ ਰਿਕੁਐਸਟ ਹੈ ਜੀ ਕਹਿੰਦੇ ਤੁਸੀਂ 12-3 ਦਾ ਸ਼ੋਅ ਕਰਤਾ ਇੱਕ ਮੇਰਾ 3-6 ਵਾਲਾ ਸ਼ੋਅ ਵੀ ਕਰ ਦਿਓ ਜੀ ਮੈਂ ਕਹਿੰਦਾ ਜੀ ਰਿਕੁਐਸਟ ਵਾਲੀ ਗੱਲ ਆ ਵੀ ਤੁਹਾਨੂੰ ਹੁਣ ਇੰਨੀ ਦੂਰ ਆਇਓ ਤੁਹਾਨੂੰ ਥੋੜ੍ਹੀ ਜਿਹੀ ਹੋਰ ਮਿਹਨਤ ਕਰਨੀ ਪਏਗੀ ਕਹਿੰਦਾ ਚੱਲ ਬਈ ਫਿਰ ਦੁਬਾਰਾ ਉਹਨਾਂ ਨੇ ਜੀ ਸਮਾਨ ਲਾਇਆ ਟੇਬਲ ਲਾਇਆ ਚਾਰ ਚਿੱਲੀ ਚਿਕਨ ਚਾਰ ਬਟਰ ਚਿਕਨ ਚਾਰ ਤੰਦੂਰੀ ਚਿਕਨ 12 ਦਾਲ ਫਰਾਈ 12 ਚਿਕਨ ਫਰਾਈ 16 ਰੋਟੀ 32 ਪਰੌਂਠੇ 16 ਨਾਨ 10 ਰਾਇਤੇ 10 ਸਲਾਦ 100 ਪਾਪੜ ਲਿਆਉਂਦੇ ਨੇ 5 ਮਿੰਟ 'ਚ ਖਾ ਕੇ ਹੱਡੀਆਂ ਸਾਈਡ 'ਤੇ ਕਰਦੀਆਂ ਜੀ ਲੋਕਾਂ ਨੇ ਬੜੀਆਂ ਤਾੜੀਆਂ ਮਾਰੀਆਂ ਸੀਟੀਆਂ ਮਾਰੀਆਂ ਉਹਨਾਂ ਦਾ ਗੈਂਡਾ ਫੇਲ ਹੋ ਗਿਆ ਸਰਦਾਰ ਸਾਹਿਬ ਬੜੇ ਹਿੱਟ ਹੋ ਗਏ ਉਹਦੀ ਮੈਨੇਜਰ ਫਿਰ ਆਇਆ ਪੈਰਾਂ 'ਚ ਪੈ ਗਿਆ ਕਹਿੰਦਾ ਜਨਾਬ ਇੱਕ ਗੱਲ ਹੈ ਜੀ ਕਹਿੰਦਾ ਮਸਾਂ ਕਹਿੰਦਾ ਇੱਕ ਸ਼ੋਅ ਤੁਸੀਂ ਹੋਰ ਕਰ ਦਿਓ ਨਾ ਜੀ ਮੈਂ ਬ੍ਰੇਕ ਈਵਨ 'ਤੇ ਪਹੁੰਚ ਜਾਵਾਂਗਾ ਬੜੇ ਦਿਨ ਤੋਂ ਸਾਡੀ ਬੁਰੀ ਹਾਲਤ ਸੀਗੀ ਜੀ ਮੈਂ ਕਹਿੰਦਾ ਸਾਰੇ ਹਾਥੀ ਘੋੜੇ ਤੁਹਾਨੂੰ ਦੁਆ ਦੇਣਗੇ ਰਿਕੁਐਸਟ ਵਾਲੀ ਗੱਲ ਹੈ ਜੀ ਉਹ ਕਹਿੰਦਾ ਚੱਲ ਬਈ ਠੀਕ ਆ ਉਹਨਾਂ ਨੇ ਫਿਰ ਟੇਬਲ ਲਾਇਆ ਜੀ ਫਿਰ ਅਨਾਊਂਸਮੈਂਟ ਹੋਈ ਚਾਰ ਚਿੱਲੀ ਚਿਕਨ ਚਾਰ ਬਟਰ ਚਿਕਨ ਚਾਰ ਤੰਦੂਰੀ ਚਿਕਨ 12 ਦਾਲ ਫਰਾਈ 12 ਚਿਕਨ ਫਰਾਈ 16 ਰੋਟੀ 32 ਪਰੌਂਠੇ 16 ਨਾਨ 10 ਰਾਇਤੇ 10 ਸਲਾਦ 100 ਪਾਪੜ ਸਾਰਾ ਸਮਾਨ ਲਿਆਉਂਦਾ ਇਹਨਾਂ ਨੇ 5 ਮਿੰਟ 'ਚ ਖਾ ਕੇ ਹੱਡੀਆਂ ਸਾਈਡ 'ਤੇ ਕਰਤੀਆਂ ਲੋਕਾਂ ਨੇ ਬੜੀਆਂ ਤਾੜੀਆਂ ਮਾਰੀਆਂ ਬੜੀਆਂ ਸੀਟੀਆਂ ਮਾਰੀ ਆਲੇ ਦੁਆਲੇ ਖਬਰ ਫੈਲ ਰਹੀ ਮਤਲਬ ਲੋਕ ਅੱਗੇ ਨਾਲੋਂ ਵੀ ਡਬਲ ਆਡੀਅੰਸ ਆ ਗਈ ਮੈਨੇਜਰ ਜਿਹੜਾ ਸੀ ਉਹ ਪੈਰਾਂ 'ਚ ਡਿੱਗ ਗਿਆ ਉੱਠੇ ਹੀ ਨਾ ਉਹ ਕਹਿੰਦਾ ਉੱਠ ਬਈ ਕਹਿੰਦਾ ਉੱਠਣਾ ਹੀ ਨਹੀਂ ਜੀ ਕਹਿੰਦਾ ਉੱਠਦਾ ਸਹੀ ਕਹਿੰਦਾ ਨਹੀਂ ਜੀ ਕਹਿੰਦਾ ਜੀ ਇੱਕ ਮੇਰਾ ਲਾਸਟ ਸ਼ੋਅ ਕਰ ਜਾਓ ਕਹਿੰਦਾ ਉਹ ਮੈਨੇਜਰ ਕਹਿੰਦਾ ਮੈਂ ਤੇਰੇ ਸ਼ੋਅ ਸ਼ਾਹੀ ਕਰਦੇ ਰਹਿਣਾ ਕਰ ਜਾ ਕੇ ਰੋਟੀ ਰੋਟੀ ਵੀ ਖਾਣੀ ਕਹਿੰਦਾ ਸੋ ਡੀਅਰ ਫਰੈਂਡਸ ਆਈ ਹੈਵ ਗੋਨ ਥਰੂ ਦਿਸ ਬੁੱਕ ਆਫ ਇੰਸੀਡੈਂਟਲ ਸਮਾਈਲਸ ਬਾਏ ਹਰਮੋਨ ਛਿੱਬੜ ਜੀ ਆਈ ਇੰਜੋਏ ਇਟ ਇਟਸ ਅ ਵੈਰੀ ਲਾਈਟ ਰੀਡਿੰਗ ਮਿਸਟਰ ਛਿੱਬੜ ਹੈਜ਼ ਪੈਨ ਡਾਊਨ ਵੈਰੀ ਡੇ ਟੂ ਡੇ ਬੇਸਿਕ ਇੰਸੀਡੈਂਟਸ ਵਿੱਚ
which do happen in almost everybody's life, but how he looked at them is worth noticing. While writing preface of the book, Mr. Chhibber opens with these lines: people crib, complain, grumble instead of taking the life as it comes. There are some who whine and are discontent all the time as against some who keep smiling like sweet children. If you look at Mr. Harmohan Chhibber's face, he seems like a very sweet but very mischievous naughty child. He admits in his book that he is 68, but he refused to admit that he has grown old. According to him, a person enters the old age only when he starts switching off the lights for economic reason rather than romantic. Bhai, jinhun banda janani nu keh raha hai vi light bujha rahi hai, te janani kahe ki gal ajj shitarat da mood hai, aur nahi nahi bijli da bill 4000 da aa gaya. To phir lagega ki haan banda waqai bujurg ho gaya. It reminds me of another joke. Ek dada apne pote nu kehnda, ਓਏ ਕਾਕਾ ਅੱਜ ਜਰਾ ਮੇਰੇ ਦੰਦ ਫੜੀ ਜਰਾ ਟੇਬਲ ਤੋਂ. ਉਹ ਕਹਿੰਦਾ, ਦਾਦਾ ਜੀ ਇੱਧਰ ਰੋਟੀ ਤਾਂ ਬਣੀ ਨਹੀਂ ਅਜੇ. ਉਹ ਕਹਿੰਦਾ, ਰੋਟੀ ਨਹੀਂ ਹੋਏ, ਉਹ ਸਾਹਮਣੇ ਬਾਰੀ 'ਚ ਜਿਹੜੀ ਉਹ ਬੁੱਢੀ ਖੜੀ ਨਾ ਸਾਹਮਣੇ, ਉਹਨੂੰ ਜਰਾ ਸਮਾਈਲ ਦੇਣੀ ਹੈ. ਆਈ ਯੂਜਲੀ ਟੈਲ ਪੀਪਲ ਕਿ ਆਫਟਰ ਸਰਟਨ ਏਜ, ਸੇ ਵੈਨ ਯੂ ਐਂਟਰ 40s ਔਰ ਯੂ ਈਵਨ ਐਂਟਰ 50s, ਯੂ ਸਟਾਰਟ ਲਾਈਕਿੰਗ ਥਿੰਗਸ which you earlier never liked. ਜਿਵੇਂ ਕਿ ਤੁਹਾਨੂੰ ਅਚਾਨਕ ਸਡਨਲੀ ਘੀਆ ਚੰਗਾ ਲੱਗਣ ਲੱਗ ਪਏਗਾ, ਤੋਰੀਆਂ ਚੰਗੀਆਂ ਲੱਗਣ ਲੱਗ ਪੈਣਗੀਆਂ. ਤੁਸੀਂ ਕਹੋਗੇ ਯਾਰ ਲੌਕੀ ਦੀ ਸਬਜ਼ੀ ਬਣਾਓ, ਅੱਜ ਟੀਂਡੇ ਬਣਾ ਦਿਓ. ਤੁਹਾਨੂੰ ਅਚਾਨਕ ਯੂ ਸਡਨਲੀ ਸਟਾਰਟ ਲਾਈਕਿੰਗ ਮਹਾਤਮਾ ਗਾਂਧੀ ਥਿਊਰੀ ਆਫ ਨੋਨ ਵਾਇਲੈਂਸ. ਪਹਿਲਾਂ ਕਦੀ ਨਹੀਂ ਚੰਗੀ ਲੱਗਦੀ, ਉਦੋਂ ਲੱਗਣ ਲੱਗ ਪੈਂਦੀ 40-50 'ਚ ਪਹੁੰਚ ਕੇ. ਸੋ ਮੇਰੀ ਇੱਕ ਇਟਸ ਮਾਈ ਹੰਬਲ ਸੁਜੈਸ਼ਨ, ਜਦੋਂ ਤੁਹਾਨੂੰ ਕਦੀ ਟੀਂਡੇ ਸਵਾਦ ਲੱਗਣ ਲੱਗ ਪੈਣ ਜਾਂ ਘੀਆ ਸਵਾਦ ਲੱਗਣ, ਲੋਕਾਂ ਨੂੰ ਦੱਸੋ ਨਾ, ਉਹਨਾਂ ਨੂੰ ਤੁਹਾਡੀ ਉਮਰ ਦਾ ਅੰਦਾਜ਼ਾ ਲੱਗ ਜਾਏਗਾ. ਗੱਲ ਕੀ ਹੁੰਦੀ ਕਿ ਇਫ ਯੂ ਰੀਅਲੀ ਵਾਂਟ ਟੂ ਇੰਜੋਏ ਹਿਊਮਰ, ਤੋ ਦੈਨ ਡੋਂਟ ਲੈਟ ਅ ਸਮਾਲ ਕਿਡ, ਸਮਾਲ ਚਾਈਲਡ ਇਨਸਾਈਡ ਯੂ ਟੂ ਗਰੋ ਓਲਡ. ਹਰ ਬੰਦੇ ਦੇ ਅੰਦਰ ਇੱਕ ਦੇਰ ਇਜ਼ ਸਮਾਲ ਕਿਡ, ਸਮਾਲ ਚਾਈਲਡ. ਜਦੋਂ ਵੈਨ ਹੀ ਗਰੋਜ਼ ਓਲਡ, ਵੈਨ ਹੀ ਬਿਕਮਸ ਅ ਬਿਊਰੋਕਰੈਟ, ਵੈਨ ਹੀ ਬਿਕਮਸ a doctor, lawyer or a judge, then he feels ashamed of laughing in public. I have never seen a judge laughing in public. Actually, bureaucrats, they laugh rarely in public. They do laugh only when the senior cracks a joke, not otherwise. We have a school in Mohali, it's Mad Arts Jaspal Bhatti Film School. Wahan pe jab bhi koi, whenever some student comes there, sabse pehle hum unko yahi batate hain ki beta, jo aapke andar ek shararti bachcha baitha hua hai, usko shararat karne se kabhi nahi rokna. Jo aapke andar ek bachcha baitha hai, usko kabhi hansi aaye to aapne kabhi usko rokna nahi, apni emotions ko kabhi nahi dabana. Kyunki agar koi actor ye sochne lage ki yaar main parde pe hansta hua acha lagunga, and how I won't look nice if I start dancing, kaisa lagega? Agar main roon to kaisa lagega? Fir to kabhi actor ban nahi sakta. He cannot create anything. This is true for other artists also, true for writers, true for painters. Agar aap apni emotions ko, aap apne humor ko daba ke rakhenge, because this is the basis of creativity.
If we remember our classroom days, classroom humor is in fact the best humor. Very innocent, it's very, very, very honest. We laugh without any inhibitions. That's why Mr. Chibber, I think, wrote many pieces on school and his college life. ਉਸ ਵਕਤ ਹੁੰਦਾ ਕਿ ਅਗਰ ਕੋਈ ਸਟੂਡੈਂਟ ਐਕਸੀਡੈਂਟਲੀ ਕੋਈ ਮਿਸਪ੍ਰੋਨਾਊਂਸ ਵੀ ਕਰਦੇ ਤਾਂ ਇੱਕਦਮ ਕਲਾਸ ਮੇਂ ਲਾਫਟਰ ਆਤਾ ਅਗਰ ਉਸ ਵਕਤ ਕੋਈ ਐਕਸੀਡੈਂਟਲੀ ਸਮ ਟੀਚਰ ਡ੍ਰੌਪਡ ਏ ਚੌਕ ਔਰ ਏ ਡਸਟਰ ਪੀਪਲ ਵਿਲ ਸਟੂਡੈਂਟਸ ਵਿਲ ਬਸਟ ਇਨ ਟੂ ਲਾਫਟਰ ਦੇ ਵਿਲ ਲਾਫ ਲਾਈਕ ਐਨੀਥਿੰਗ ਮਤਲਬ ਉਸਮੇ ਕੋਈ ਐਸੀ ਇਨਹਿਬਿਸ਼ਨ ਨਹੀਂ ਹੋਤੀ ਮਤਲਬ ਐਕਚੁਅਲ ਰੀਅਲ ਲਾਫਟਰ ਵਹੀ ਹੋਤਾ ਅਭੀ ਮਿਸਟਰ ਛਿੱਬਰ ਨੇ ਇੱਕ ਔਨ ਪੇਜ 12 ਚਾਰ ਲਾਈਨੇ ਲਿਖੀ ਹੈ ਮੈਂ ਆਪਕੋ ਬਤਾਤਾ ਹੂੰ ਇਨ ਟਾਈਮ ਉਹ ਵੀ ਕਲਾਸਰੂਮ ਕੇ ਬਾਰੇ ਮੈਂ ਕਹਿੰਦਾ ਇਨ ਆਰ ਕਲਾਸ ਇਨ ਕਾਲਜ ਇਨ ਆਰ ਕਲਾਸ ਇਨ ਦਾ ਕਾਲਜ ਸਟੂਡੈਂਟ ਕੇਮ ਵੈਰੀ ਲੇਟ ਦਾ ਲੈਕਚਰ ਵਾਸ 40 ਮਿੰਟਸ ਐਂਡ ਹੀ ਅਪੀਅਰਡ ਐਟ ਡੋਰ ਆਫ ਕਲਾਸਰੂਮ ਆਫਟਰ 30 ਮਿੰਟਸ ਹੀ ਸੈਡ ਮੈਂ ਆਈ ਕਮ ਇਨ ਸਰ ਦਾ ਟੀਚਰ ਲੁੱਕ ਐਟ ਇਜ਼ ਵਾਚ ਐਂਡ ਸੈਡ ਯੈਸ ਬਟ ਯੂ ਆਰ ਅਰਲੀ ਫੋਰ ਦਾ ਨੈਕਸਟ ਕਲਾਸ ਮਤਲਬ ਉਸ ਵਕਤ ਅਗਰ ਹੱਸਣੇ ਕੇ ਲੀਏ ਵੀ ਨਾ ਆਪਕੋ ਹੰਸੀ ਤਭੀ ਆਤੀ ਹੈ ਜਬ ਆਪ ਆਪਣੇ ਆਪ ਕਾ ਅੰਦਰ ਕੋ ਜੋ ਬੱਚਾ ਹੈ ਉਸਸੇ ਬਾਤ ਕਰਤੇ ਹੈ ਆਪਣੇ ਬੱਚੇ ਕੋ ਦੁਬਾਰਾ ਰਿਵਾਈਵ ਕਰਤੇ ਹੈ ਅਬ ਮੁਝੇ ਇਸਸੇ ਹੀ ਕਈ ਔਰ ਮਤਲਬ ਐਸੇ ਜੋਕਸ ਯਾਦ ਆਤੇ ਹੈ ਜੋ ਬਚਪਨ ਵਾਲੇ ਜੋਕ ਹੋਤੇ ਹੈ ਔਰ ਵੋ ਸਾਰੇ ਬੜੇ ਅੱਛੇ ਲਗਤੇ ਹੈ ਇਕਦਮ ਇਹ ਟੀਚਰ ਆਸਕ ਸਟੂਡੈਂਟ ਨੂੰ ਬੇਟਾ ਵਾਟ ਹੈਪਨਡ ਇਨ 1869 ਤੋ ਸਟੂਡੈਂਟ ਸੇਜ਼ ਕਿ ਸਰ ਮਹਾਤਮਾ ਗਾਂਧੀ ਵਾਸ ਬੋਰਨ ਕਹਿੰਦਾ ਵਾਟ ਹੈਪਨਡ ਇਨ 1870 ਕਹਿੰਦਾ ਮਹਾਤਮਾ ਗਾਂਧੀ ਇੱਕ ਸਾਲ ਕੇ ਹੋ ਗਏ ਥੇ ਇਟਸ ਅ ਵੈਰੀ ਸਿੰਪਲ ਥਿੰਗ ਲੇਕਿਨ ਮਤਲਬ ਇਟ ਵੋਕਸ ਲਾਫਟਰ एक टीचर ने स्टूडेंट से पूछा तुम्हारे दादा एक स्टूडेंट से पूछा भी बेटा तुम्हारे पिताजी की उम्र कितनी है कहता जितनी मेरी है कहता इतनी कैसे हो सकती है कहता कहता जिस दिन मेरा जन्म हुआ था उसी दिन वो बाप बने थे जी ए टीचर आज से स्टूडेंट कहता बस योर नेम कहता सौरभ सर कहता बस योर फादर्स नेम कहता विनोद शर्मा सर कहता बस योर मदर्स नेम कहता उषा शर्मा कहता व्हाट डज योर फादर डू कहता व्हाट एवर माय मदर सेज करते तो वही हैं अब एक बच्चे को पूछ लिया कहता आप बेटा कितने बहन भाई हो कहता जी 9 कहता पिताजी क्या करते हैं कहता जी बस यही करते हैं कहता यार बड़े बदतमीज आदमी हो यार हैं बड़े बेटा तुम ऐसे अगर जवाब दोगे तो बड़े होकर क्या बनोगे कहता कुछ ना बनो तो पापा तो बन ही जाऊंगा कहना इन्होंने एक और लिखा है मिस्टर छिब्बर ने इट्स चैप्टर 26 ऑन पेज 35 guardian in an internal test of mathematics when I was in 10th grade I got less marks than what I obtained earlier the teacher thought I had stopped taking interest in the subject and asked me to bring my father or guardian to school on the following day now my father was very strict and I feared asking him to come to the school for such a purpose so I approached a cousin of mine He readily agreed to visit the school. When he met my school teacher, he was told that I was very good in my performance in class tests earlier and that it appeared that I had stopped doing my practice before tests. The teacher expected my cousin to tell him that I would be appropriately advised. However, my cousin told him, you need not worry, ji. He does not bother for these minor tests. He will do well in the finals. The teacher looked surprised at this unexpected reply. So he said, okay, we'll see. I was happy with the guardian.
However, I proved him right by getting 83% marks in the final exam of mathematics. Now, the humor part of it is he approached his cousin to act as his guardian and he agreed. Another interesting thing is when the cousin said he does not bother for these minor tests and he will do well in the final exams. The rest, Mr. Chhibar claimed that he got 83% marks. Oh, ab verify nahi ho sakte, inke paas certificate hi nahi hai. Hai abhi. Abhi ek aur hai. Main critically ek cheez ko dekhna chahta hoon. Jaise 119 inka ek incident hai. Main thoda sa, sir, thoda sa main critically bhi ek aad ko dekhunga. 119. New tube light. When I was staying in Lucknow, my wife asked me to bring another tube light for our drawing room as one tube light was not enough to brighten the big area. So with currency note of rupees 100 in my pocket, I proceeded to shop selling electrical goods. There was a chemist shop next to that shop. Before I could enter the shop for a tube light, a thin, poor looking guy signaled that he wanted to talk to me. When I went to him, he said I had a problem in breathing. The doctor has prescribed some medicine. I don't have money. Can you get me medicine? He showed the prescription of a doctor. I said, yes, I will purchase, but you will have to take it in my presence. He nodded and his head had an affirmative. I took the prescription from him and told the chemist to give him the medicine. The chemist handed over the bottle containing a liquid medicine. That person was very happy. He immediately opened the bottle and in small plastic container, which had come with the medicine, he poured the medicine and took the same. After watching a look of satisfaction on his face, I asked the chemist, how much I have to pay? ₹93.50, he said. I was not expecting the medicine to be so costly, so I got ₹6.5 back out of ₹100 note and came back to my home. My wife asked me, where was the new tube light for which I had gone? I narrated the whole incident. She said, it is good that you brought shine on some face, though not in drawing room. Now looking at this piece critically, Mr. Chhib did a humanitarian work and he got appreciation from his wife. But when we analyze this piece of humor, I think it lacks humor. Why? Because in comedy, if you start praising yourself, then people won't laugh actually. So the best humor is when you laugh at yourself. So isme kuch aise bhi hai jisme inhone aise hai jo apne aap pe hanse hain. Inhone kuch aise jaise ek mujhe aur yaad aa raha tha usme aap you will feel the difference ki usme kitna difference hai dono mein. Jaise ek incident number 90 inhone likha hua usme not again. Not again, we had a small get together in our building in Khargar, next Navi Mumbai. Khargar, Navi Mumbai. As usual, I related some jokes which were appreciated. I was able to bring the house down with laughter. There was a dinner after the stage show. Many persons from the audience came to tell me that they liked the jokes. Madhu, my wife, was standing next to me. One friend, Mr. Chaudhary, asked her, you must be enjoying such jokes every day. Mr. Chhibar has a big collection.
I was sure some encouraging reply, but she said, oh, I hear them all the time. I'm bored with them. Everybody around expect me was amused. So ye inhone joke apne pe likha, to it works humor. To ye jo hota is iska main aapko ek best example batata hu jo maine kai baar try kiya ki jo apne aap pe hansna hota usme kitna fark padta hai. Mujhe bhi aise lecture dene ka bada shauk hai, to jahan bhi hota tha main lecture dene pahunch jata tha. To ek baar kya hua ki ਪੰਜਾਬੀ 'ਚ ਸੁਣਾਉਣਾ ਜਿਹੜਾ ਜ਼ਿਆਦਾ ਮਜ਼ਾ ਆਊਗਾ, ਅਤੇ ਅੰਮ੍ਰਿਤਸਰ ਦਾ ਪਾਗਲਖਾਨਾ ਸੀ, ਮੈਂ ਉੱਥੇ ਚਲ ਗਿਆ, ਉੱਥੇ ਜਾ ਕੇ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਇੱਦਾਂ ਇੱਦਾਂ ਮੈਂ ਨਾ ਇੱਥੇ ਕੁਝ ਪਾਗਲਾਂ ਨੂੰ ਭਾਸ਼ਣ ਦੇਣਾ ਚਾਹੁੰਦਾ, ਉਹ ਕਹਿੰਦਾ ਜੀ ਇੱਥੇ ਪਾਗਲ ਇਹਨਾਂ ਨੂੰ ਕੀ ਭਾਸ਼ਣ ਦੇਣਾ, ਮੈਂ ਸੁਬਰਨ ਸਾਹਿਬ ਨਾਲ ਗੱਲ ਕੀਤੀ ਜੀ, ਮੈਂ ਕਿਹਾ ਇੱਦਾਂ ਇੱਦਾਂ ਜੀ ਕਈ ਵਾਰ ਇੱਦਾਂ ਹੁੰਦਾ ਕਿਸੇ ਦੀ ਪਾਵਰ ਔਫ ਸਪੀਚ ਬੜੀ ਹੁੰਦੀ ਆ, ਹੋ ਸਕਦਾ ਕੋਈ ਪਾਗਲ ਠੀਕ ਹੋ ਜਾਏ, ਉਹ ਕਹਿੰਦਾ ਰਹਿਣ ਦਿਓ ਜੀ, ਮੈਂ ਕਿਹਾ ਜੀ ਫਿਰ ਵੀ ਤੁਸੀਂ ਟਰਾਈ ਤਾਂ ਕਰਨ ਦਿਓ, ਮੈਂ ਬੜੀ ਦੂਰੋਂ ਆਇਆ, ਹੋ ਸਕਦਾ ਇੱਕ ਬੰਦੇ ਦਾ ਵੀ ਅਗਰ ਪਲਾ ਹੋ ਜਾਏ ਤਾਂ ਚੰਗੀ ਗੱਲ ਆ. ਉਹਨਾਂ ਨੇ ਸੋਚਿਆ ਯਾਰ ਕਿੱਦਾਂ ਦਾ ਬੰਦਾ ਆ ਗਿਆ, ਉਹਨਾਂ ਨੇ ਖੈਰ ਦਰੀਆਂ ਵਿਛਾਈਆਂ, ਜਿੰਨੇ ਪਾਗਲ ਸੀ ਇਕੱਠੇ ਕਰਤੇ ਸਾਹਮਣੇ ਬਿਠਾਤੇ, ਅਤੇ ਮੈਂ ਬੜੇ ਜ਼ੋਰ ਸ਼ੋਰ ਨਾਲ ਆਪਣਾ ਭਾਸ਼ਣ ਦੇਣਾ ਸ਼ੁਰੂ ਕਰਤਾ, ਬੜੀ ਤਕੜੀ ਆਪਣੇ ਵੱਲੋਂ ਸਪੀਚ ਦਿੱਤੀ. ਮੈਂ ਦੇਖਿਆ ਕਿ ਇੱਕ ਪਾਗਲ ਉੱਠਿਆ ਔਰ ਆਪਣੇ ਇੰਚਾਰਜ ਦੇ ਕੰਨ ਦੇ ਵਿੱਚ ਕੁਝ ਜਾ ਕੇ ਨਾ ਬੜੇ ਧਿਆਨ ਨਾਲ ਕਹਿਣ ਲੱਗ ਪਿਆ. ਮੈਂ ਕਿਹਾ ਵੀ ਗੱਲ ਬਣ ਗਈ, ਕੋਈ ਅਸਰ ਤਾਂ ਹੋਇਆ. ਜਦੋਂ ਮੇਰਾ ਲੈਕਚਰ ਖਤਮ ਹੋਇਆ ਮੈਂ ਕਿਹਾ ਇੰਚਾਰਜ ਸਾਹਿਬ ਦੇ ਕੋਲ ਗਿਆ, ਮੈਂ ਕਿਹਾ ਜੀ ਕੁਛ ਨਾ ਉਹ ਪਾਗਲ ਕੁਛ ਕਹਿ ਰਿਹਾ ਸੀਗਾ, ਕਹਿੰਦਾ ਕਹਿੰਦਾ ਛੱਡੋ ਜੀ ਉਹ ਤਾਂ ਪਾਗਲ ਹੈ, ਕੁਛ ਨਾ ਕੁਛ ਕਹਿਣਾ ਹੀ ਹੈ. ਮੈਂ ਕਹਿੰਦਾ ਮੈਨੂੰ ਲੱਗਦਾ ਉਹ ਕੁਛ ਠੀਕ ਕਹਿ ਰਿਹਾ ਸੀ. ਕੀ ਕਹਿ ਰਿਹਾ ਸੀ? ਕਹਿੰਦਾ ਜਾਣ ਦਿਓ ਜੀ. ਮੈਂ ਕਹਿੰਦਾ ਮੈਨੂੰ ਲੱਗਦਾ ਉਹ ਕੰਮ ਦੀ ਗੱਲ ਕਰ ਰਿਹਾ ਸੀਗਾ. ਕਹਿੰਦਾ ਮਾਇੰਡ ਨਾ ਕਰਨਾ ਤੁਹਾਡੇ ਬਾਰੇ ਕਹਿ ਰਿਹਾ ਸੀਗਾ. ਕਹਿੰਦਾ ਜੇ ਇੱਦਾਂ ਦੇ ਬੰਦੇ ਬਾਹਰ ਫਿਰ ਰਹੇ ਫਿਰ ਸਾਨੂੰ ਗੱਲ ਹੀ ਅੰਦਰ ਰੱਖਿਆ ਹੋਇਆ. ਇਹਨਾਂ ਨੇ ਹਸਬੈਂਡ ਵਾਈਫ ਦੇ ਵੀ ਕਈ ਜੋਕਸ ਲਿਖੇ ਆ, ਉਹਨਾਂ 'ਚੋਂ ਮੈਨੂੰ ਯਾਦ ਆ ਰਿਹਾ ਕਿ ਇੱਕ ਹਸਬੈਂਡ ਨੂੰ ਕੋਈ ਬਿਮਾਰ ਸੀ ਵਿਚਾਰਾ, ਡਿਪਰੈਸ਼ਨ ਚਲਾ ਗਿਆ ਕਿਸੇ ਕਾਰਨ, ਉਹਦੀ ਵਾਈਫ ਉਹਨੂੰ ਡਾਕਟਰ ਕੋਲ ਲੈ ਗਈ. ਹੁਣ ਡਾਕਟਰ ਕੋਲ ਜਾ ਕੇ ਉਹਨੇ ਡਾਕਟਰ ਨਾਲ ਗੱਲਬਾਤ ਕੀਤੀ. ਡਾਕਟਰ ਨੇ ਕਿਹਾ ਜੀ ਇਹਨਾਂ ਨੂੰ ਤੁਸੀਂ ਬਾਹਰ ਬਿਠਾ ਦਿਓ ਅਤੇ ਮੇਰੇ ਨਾਲ ਇਕੱਲੇ ਗੱਲ ਕਰੋ ਜ਼ਰਾ. ਡਾਕਟਰ ਨੇ ਹਸਬੈਂਡ ਨੂੰ ਬਾਹਰ ਬਿਠਾ ਦਿੱਤਾ ਅਤੇ ਉਹਨੂੰ ਕਹਿੰਦੇ ਵੀ ਦੇਖੋ ਇੱਦਾਂ ਹੈ ਵੀ ਡਿਪਰੈਸ਼ਨ ਹੈ, ਬੜਾ ਸਵੀਅਰ ਡਿਪਰੈਸ਼ਨ ਹੈ, ਪਰ ਠੀਕ ਹੋ ਜਾਏਗਾ, ਤੁਹਾਨੂੰ ਇਹ 'ਚ ਥੋੜ੍ਹੀ ਜਿਹੀ ਮਿਹਨਤ ਕਰਨੀ ਪਏਗੀ. ਜ਼ਰਾ ਤੁਸੀਂ ਇੱਦਾਂ ਵੀ ਇੱਕ ਤਾਂ ਇਹਨਾਂ ਦੀ ਬੜੀ ਸੇਵਾ ਕਰੋ, ਸਵੇਰੇ ਉੱਠੋ, ਦੋ ਅੰਡਿਆਂ ਦਾ ਆਮਲੇਟ ਹੈ ਨਾਲ, ਉਹਦੇ ਨਾਲ ਕੋਈ ਖੀਰ ਵਧੀਆ ਜਿਹੀ ਚੀਜ਼, ਪੁਡਿੰਗ, ਕੋਈ ਪਰੌਂਠਾ ਮੰਗਣ ਪਰੌਂਠਾ, ਉਹ ਪਿਆਰ ਨਾਲ ਬਣਾਓ ਅਤੇ ਪਿਆਰ ਨਾਲ ਖਵਾਓ. ਅਤੇ ਦੁਪਹਿਰੇ ਵੀ ਇੱਦਾਂ ਹੀ ਤੁਸੀਂ ਕੋਈ ਕਦੀ ਸਬਜ਼ੀ, ਇੱਕ ਅੱਧਾ ਫੁਲਕਾ ਔਰ ਸੈਲਡ ਔਰ ਕੋਈ ਚੀਜ਼ ਨਾਲ ਸਵੀਟ ਡਿਸ਼ ਪਿਆਰ ਨਾਲ ਬਣਾ ਕੇ ਆਪ ਆਪਣੇ ਹੱਥਾਂ ਨਾਲ ਖਵਾਓ. ਔਰ ਰਾਤ ਨੂੰ ਤੁਸੀਂ ਇਹਨਾਂ ਨੂੰ ਜਦੋਂ ਕੋਈ ਨਾ ਕੋਈ ਜਿੱਦਾਂ ਇੱਕ ਕੋਈ ਨੋਨ ਵੈਜ ਦੀ ਆਈਟਮ ਹੋ ਗਈ, ਕੋਈ ਮਟਨ ਹੋ ਗਿਆ, ਚਿਕਨ ਹੋ ਗਿਆ, ਇੱਦਾਂ ਦੀ ਕੋਈ ਚੀਜ਼ ਨਾਲ ਖਵਾ ਕੇ ਅਤੇ ਨਾਲ ਇਹਨਾਂ ਨੂੰ ਤੁਸੀਂ ਖਵਾਉਣਾ ਪਿਆਰ ਨਾਲ, ਨਾਲ ਗਰਮੀ ਨਹੀਂ ਲੱਗਣੀ ਚਾਹੀਦੀ, ਇਹਨਾਂ ਨੂੰ ਪੱਖੀ ਚੱਲੋ, ਇਹਨਾਂ ਨੂੰ ਲੱਗਣਾ ਚਾਹੀਦਾ ਕੋਈ ਕੇਅਰ ਕਰ ਰਿਹਾ. ਅਤੇ ਬਾਕੀ ਇੱਦਾਂ ਵੀ ਇਹਨਾਂ ਨੂੰ ਕੋਈ ਕੋਈ ਚੀਜ਼ ਜੋ ਵੀ ਹੈ ਮੰਗਣ, ਬਸ ਇਹਨਾਂ ਦੀ ਤੁਸੀਂ ਭੱਜ ਕੇ ਪੂਰੀ ਕਰੋ. ਇਹ ਗੱਲ ਸੁਣ ਕੇ ਬਾਹਰ ਆ ਗਈ ਅਤੇ ਉਹ ਹਸਬੈਂਡ ਪੁੱਛਦਾ ਜੀ ਉਹ ਡਾਕਟਰ ਸਾਹਿਬ ਕੀ ਕਹਿ ਰਹੇ ਸੀ? ਕਹਿੰਦੇ ਡਾਕਟਰ ਸਾਹਿਬ ਕਹਿ ਰਹੇ ਸੀ ਬਚਣ ਦੀ ਉਮੀਦ ਘੱਟ ਹੀ ਹੈ. ਮੈਨੂੰ ਹੋਰ ਗੱਲ ਜੀ ਯਾਦ ਆ ਗਈ ਵੀ ਇੱਕ ਵਾਰ ਸੂਰਜ ਕੁੰਡ ਦਾ ਮੇਲਾ ਇੱਥੇ ਹਰਿਆਣੇ 'ਚ ਲੱਗਦਾ, ਉੱਥੇ ਇੱਕ ਚੌਧਰੀ ਸਾਹਿਬ ਜਿਹੜੇ ਸੀਗੇ ਉਹ ਬੜੇ ਪਰੇਸ਼ਾਨ ਮੇਲੇ 'ਚ ਘੁੰਮ ਰਹੇ ਸੀਗੇ ਇੱਧਰ ਉੱਧਰ. ਅੱਗੋਂ ਇੱਕ ਸਰਦਾਰ ਸਾਹਿਬ ਆ ਗਏ, ਉਹ ਉਹਨਾਂ ਵੀ ਜ਼ਿਆਦਾ ਪਰੇਸ਼ਾਨ ਸੀਗੇ. ਉਹ ਚੌਧਰੀ ਕਹਿੰਦਾ ਕਿ ਬਸ ਸਰਦਾਰ ਜੀ ਬੜੇ ਪਰੇਸ਼ਾਨ ਦਿਖਾਈ ਦੇ ਰਹੇ ਹੋ, ਕੀ ਹੋ ਗਿਆ? ਉਹ ਕਹਿੰਦਾ ਕੀ ਦੱਸਾਂ ਯਾਰ, ਮੇਰੀ ਜਨਾਨੀ ਪਤਾ ਨਹੀਂ ਮੇਲੇ 'ਚ ਕਿੱਥੇ ਗਵਾਚ ਗਈ, ਪਤਾ ਨਹੀਂ ਕੋਈ ਸ਼ੋਪਿੰਗ ਕਰ ਰਹੀ ਹੈ ਯਾਰ, ਕਿੱਥੇ ਵੜ ਗਈ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਦੀ ਭਾਂਡੇ ਖਰੀਦੀ ਹੈ, ਚਾਟ ਖਰੀਦ ਕਰ ਰਹੀ ਯਾਰ, ਇਹਨਾਂ ਨਾਲ ਤਾਂ ਘੁੰਮਣ 'ਚ ਗਾ. ਉਹ ਕਹਿੰਦਾ ਯਾਰ ਮੇਰੀ ਵੀ ਲੁਗਾਈ ਪਤਾ ਨਹੀਂ ਕਹਾਂ ਲੁਪਤ ਹੋ ਗਈ ਯਾਰ, ਸਮਝ ਨਹੀਂ ਆ ਰਹੀ ਕਹਾਂ ਚਲੀ ਗਈ ਯਾਰ, ਮੈਂ ਵੀ ਯਾਰ ਕਹੀਂ 'ਚ ਚਾਟ ਖਾ ਰਹੀ ਹੈ ਜਾਂ ਕਹਾਂ ਚਲੀ ਗਈ ਹੈ, ਜਾਂ ਕੋਈ ਚੂੜੀਆਂ ਚੜਾ ਰਹੀ ਹੈ ਜਾਂ ਕੋਈ ਚੁੱਲ੍ਹਾ ਖਰੀਦ ਰਹੀ. ਮੈਂ ਦੁਖੀ ਹੋ ਗਿਆ ਹੂੰ ਯਾਰ. ਦੋਨੋਂ ਹੁਣ ਅੱਡੀਆਂ ਚੁੱਕ ਕੇ ਇੱਧਰ ਉੱਧਰ ਦੇਖੀ ਜਾ ਰਹੇ ਸੀਗੇ, ਕੋਈ ਇੱਧਰ ਦੇਖ ਰਿਹਾ, ਇੱਧਰ ਦੇਖ ਰਿਹਾ. ਚੌਧਰੀ ਸਾਹਿਬ ਕਹਿੰਦੇ ਵੇ ਸਰਦਾਰ ਜੀ ਮਾਇੰਡ ਨਾ ਕਰਨਾ, ਆਪਕੀ ਜੋ ਲੁਗਾਈ ਹੈ ਆਪਕੀ ਬੀਵੀ ਕੈਸੀ ਹੈ, ਦੇਖਣ ਮੈਂ ਕੈਸੀ ਲਗਤੀ ਹੈ? ਕਹਿੰਦਾ ਬਹੁਤ ਵਧੀਆ ਹੈ. ਕਹਿੰਦਾ
ਬੜੀ ਸੋਹਣੀ ਹੈ, ਕਹਿੰਦਾ ਲੰਬੀ ਹੈ, ਉੱਚੀ ਹੈ, ਨੀਲੀਆਂ ਅੱਖਾਂ, ਹਿਰਨੀ ਜਾਂ ਹਿਰਨੀ ਵਰਗੀ ਚਾਲ ਹੈ ਉਹਦੀ, ਕਾਲੇ ਵਾਲ ਆ, ਕਹਿੰਦਾ ਕਮਾਲ ਦੀ ਹੈ। ਅੱਛਾ, ਕਹਿੰਦਾ ਫਿਰ ਮੇਰੀ ਵਾਲੀ ਨੂੰ ਮਾਰ ਗੋਲੀ ਹੈ, ਤੇਰੀ ਵਾਲੀ ਡੂਡ ਦੇ। ਕਹਿੰਦਾ ਜਨਾਨੀ ਆਦਮੀ ਦੀ ਗੱਲ ਤੋਂ ਯਾਦ ਆਇਆ ਕਿ ਇੱਕ ਕੋਈ ਬਿਜ਼ਨਸਮੈਨ ਸੀਗਾ, ਉਹ ਆਪਣਾ ਛੁੱਟੀਆਂ ਕੱਟਣ ਮਿਡਲ ਈਸਟ ਗਿਆ ਹੋਇਆ ਸੀਗਾ। ਹੁਣ ਉੱਥੇ ਜਾ ਕੇ ਕਿਤੇ ਘੁੰਮ ਰਹੇ ਸੀ, ਡੈਜ਼ਰਟ 'ਚ ਘੁੰਮ ਰਹੇ ਸੀ ਬੜੇ ਦੂਰ। ਉੱਥੇ ਕੋਈ ਬਹੁਤ ਅਮੀਰ ਸ਼ੇਖ ਸੀਗਾ, ਉਹ ਉੱਥੇ ਉਹਨੂੰ ਮਿਲ ਗਿਆ। ਉਹਦੇ ਬੜੇ ਊਂਠ ਆਂਠ ਕਈ ਕੋਈ ਸੀਗਾ, ਬੜੀ ਉਹਦੇ ਕਾਫੀ ਰਿਚ ਸੀਗਾ। ਉਹਦਾ ਨਾ ਉਹ ਬਿਜ਼ਨਸਮੈਨ ਦੀ ਜਨਾਨੀ ਨੂੰ ਦੇਖ ਕੇ ਥੋੜ੍ਹਾ ਜਿਹਾ ਦਿਲ ਮਚਲ ਜਾ ਗਿਆ। ਕਹਿੰਦਾ ਯਾਰ, ਮੈਨੂੰ ਇੱਦਾਂ ਕਹਿਣਾ ਤਾਂ ਨਹੀਂ ਚਾਹੀਦਾ, ਪਰ ਮੈਂ ਤੈਨੂੰ ਇੱਕ ਆਫਰ ਦਿੰਦਾ, ਇੱਦਾਂ ਕਰ ਵੀ ਐਕਸਚੇਂਜ ਆਫਰ ਹੀ ਹੈ, ਤੂੰ ਆਪਣੀ ਬੀਵੀ ਮੈਨੂੰ ਦੇ ਦੇ ਅਤੇ ਮੇਰੇ, ਕਹਿੰਦਾ 100 ਊਂਠ ਲੈ ਲਾ। ਕਹਿੰਦਾ ਬੜੇ ਮਹਿੰਗੇ ਹੈਗੇ, 100 ਊਂਠ ਲੈ ਲਾ। ਉਹਨੇ 2-4 ਮਿੰਟ 5 ਮਿੰਟ ਸੋਚਿਆ, ਫਿਰ ਉਸ ਤੋਂ ਬਾਅਦ ਨਾ ਇੱਕਦਮ ਗੁੱਸੇ 'ਚ ਪੈ ਗਿਆ। ਕਹਿੰਦਾ ਯਾਰ, ਤੂੰ ਹਿੰਮਤ ਕਿੱਦਾਂ ਤੇਰੀ ਹੋਈ? ਕਹਿੰਦਾ ਮੈਂ ਤੇਰਾ ਗਲਾ ਘੋਟ ਦਾਂਗਾ, ਕਹਿੰਦਾ ਮੈਂ ਮਾਰ ਦਾਂਗਾ, ਗੋਲੀ ਮਾਰ ਦਾਂਗਾ। ਕਹਿੰਦਾ ਮੇਰੀ ਜਨਾਨੀ ਕੋਈ ਵਿਕਾਊਗਾ? ਹੈਂ, ਵੱਜ ਇੱਥੋਂ, ਕਰ ਦਫਾ ਹੋ ਜਾ, ਕਹਿੰਦਾ ਮੇਰੇ ਸਾਹਮਣੇ ਨਜ਼ਰ ਨਾ ਆਈ। ਬਾਅਦ 'ਚ ਜਨਾਨੀ ਨੂੰ ਕਹਿੰਦਾ ਜੀ, ਵੈਸੇ ਮੈਂ ਜਵਾਬ ਠੀਕ ਦਿੱਤਾ। ਕਹਿੰਦਾ ਉਹ ਤਾਂ ਠੀਕ ਦਿੱਤਾ, 5 ਮਿੰਟ ਕਾਹਦੇ ਲਈ ਇੱਥੇ ਲਾਤੇ ਸੀਗੇ? ਕਹਿੰਦਾ ਮੈਂ ਸੋਚ ਰਿਹਾ, ਮੈਂ ਇਹੀ ਸੋਚ ਰਿਹਾ ਸੀਗਾ ਵੀ 100 ਊਂਠ ਵਾਪਸ ਕਿੱਦਾਂ ਲੈ ਕੇ ਜਾਵਾਂਗਾ। ਛੋਟਾ, ਕਈ ਵਾਰ ਨਾ ਛੋਟੇ ਛੋਟੇ ਜੋ ਕਿ ਬੜੇ, ਮਤਲਬ ਇੱਕਦਮ ਲੱਗਦੇ ਆ, ਗੱਲ ਬੜੀ ਛੋਟੀ ਜਿਹੀ ਹੈ ਕਿ ਸੰਤਾ ਸਿੰਘ ਜਿਹੜਾ ਸੀਗਾ ਉਹ ਗਲਤੀ ਨਾਲ ਲੇਡੀਜ਼ ਟਾਇਲਟ 'ਚ ਵੜ ਗਿਆ। ਉੱਥੇ ਲੇਡੀਜ਼ ਜੀ ਇੱਕਦਮ ਖੜੀਆਂ ਹੋ ਗਈਆਂ, ਕਹਿੰਦਾ ਬੈਠੋ ਬੈਠੋ, ਕਹਿੰਦਾ ਇੱਜ਼ਤ ਦਿਲ 'ਚ ਹੋਣੀ ਚਾਹੀਦੀ ਹੈ। ਕਹਿੰਦਾ ਇਹ ਕਿਤਾਬ ਦੇ ਵਿੱਚ ਹੁਣ ਐਂਡ 'ਤੇ ਅਗਰ ਮੈਂ ਜਾਵਾਂ ਤਾਂ ਇੱਥੇ ਲਿਖਿਆ ਹੋਇਆ ਕਿ ਹਰਮੋਨ ਛਿਬਰ ਇਜ਼ ਗਿਫਟਿਡ ਵਿਦ ਕੀਨ ਆਈ, ਅ ਫੀਲਿੰਗ ਹਾਰਟ, ਏ ਬ੍ਰੀਜ਼ੀ ਟੈਂਪਰਾਮੈਂਟ ਐਂਡ ਹਾਈਲੀ ਡਿਵੈਲਪਡ natural trait of cheerfulness that helps him appreciate the streaks of humor even if it's covered in the moldy layers of routine eye or worn out social contentions. He has a knack of fretting out the pearls of humor scattered in ordinary occurrences of life. So I do agree ki inna de kol he has a keen eye aur e aam gallan hundiyan jehdiyan jinna nu eh lab lende aa aur onnu eh pesh karde aa aur jidda kisi ne vich puchha siya ki eh jehdi ਕਿਤਾਬਾਂ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਲਿਖੀਆਂ? ਅਗਰ ਮੈਨੂੰ ਲੱਗਦਾ ਕਿ ਇਹ ਪੰਜਾਬੀ 'ਚ ਵੀ ਕਿਤਾਬਾਂ ਲਿਖਣ ਤਾਂ ਉਹ ਇੱਕ ਤਾਂ ਪੰਜਾਬੀ ਨੂੰ ਵੀ ਕੰਟਰੀਬਿਊਸ਼ਨ ਹੋਏਗੀ। ਇੱਕ ਜਿਹੜਾ ਬੰਦਾ ਪੰਜਾਬੀ ਹੁੰਦਾ ਉਹ ਜਦੋਂ ਆਪਣੀ ਮਦਰ ਟੰਗ 'ਚ ਕੋਈ ਵੀ ਚੀਜ਼ ਕ੍ਰੀਏਟ ਕਰਦਾ ਤਾਂ ਦੈਟ ਇਜ਼ ਦ ਬੈਸਟ ਥਿੰਗ। ਬਾਕੀ ਇੰਗਲਿਸ਼ 'ਚ ਫਾਇਦਾ ਹੁੰਦਾ ਕਿ ਕੁਛ ਇਹਨਾਂ ਦੇ ਐਸੇ ਦੋਸਤ ਹੋਣਗੇ ਕਿਉਂਕਿ ਇਹਨਾਂ ਨੇ ਬੈਂਕ ਦੀ ਸਰਵਿਸ ਕੀਤੀ, ਆਲ ਇੰਡੀਆ ਸਰਵਿਸ ਕੀਤੀ ਹੈ, ਔਰ ਉਹਨਾਂ ਨੂੰ ਵੀ ਚਾਹੀਦਾ ਹੁੰਦਾ ਕਿ ਸਾਨੂੰ ਵੀ ਕੁਛ ਨਾ ਕੁਛ ਐਸਾ ਹਿਊਮਰ ਜੋ ਉਹਨਾਂ ਦਾ ਲਿਖਿਆ ਹੋਇਆ ਮਿਲੇ, ਤਾਂ ਇਹਨਾਂ ਦੀ ਵੀ ਇੱਕ ਲਿਮਿਟੇਸ਼ਨ ਹੁੰਦੀ ਹੈ ਕਿ ਮੈਂ ਇਹਨਾਂ ਨੂੰ ਪੰਜਾਬ ਉਹ ਇੰਗਲਿਸ਼ 'ਚ ਵੀ ਲਿਖਿਆ, ਬੜੀ ਅੱਛੀ ਗੱਲ ਹੈ। ਸੋ ਆਈ ਵਿਸ਼ ਹਿਮ ਦ ਬੈਸਟ ਆਫ ਲੱਕ ਐਂਡ ਆਈ ਹੋਪ ਕਿ ਇੰਸੀਡੈਂਟਲ ਸਮਾਈਲ ਜਿਹੜੀ 3 ਹੋਏਗੀ ਦੈਟ ਵਿਲ ਬ੍ਰਿੰਗ ਬ੍ਰੋਡਰ ਸਮਾਈਲਸ ਐਂਡ ਵੋਕ ਬਿਗਰ ਲਾਫਟਰ। ਥੈਂਕ ਯੂ ਵੈਰੀ ਮਚ।